ਮੰਗਾ ਲਿਆ ਆਪਾਂ ਟ੍ਰਾਈਪੋਡ ਤੇ ਹੁਣ ਲੱਗੇ ਰਹੀ ਅਨਬਾਕਸਿੰਗ ਕਰਨ ਮਹਾਰਾਜ ਆ ਯਾਰ ਵਿਲੀ ਹੁਣੀ ਸਾਡੇ ਹਾਂ ਮਹਾਰਾਜ ਆ ਲੱਗੀ ਕੋਚ ਹੁਣੀ ਸਰਵਿਸ ਕਰਾਉਣ ਆਏ ਕੋਚ ਹੁਣੀ ਦੇ ਬਾਹਰ ਆ ਟੂ ਕੋਚ ਸਾਹਿਬ हेलो जी मेरे को फिर सारे प्यार प्रिय सत श्री अकाल तो वेलकम करता है जी एक होर व्लॉग में अज 11 मार्च है तो सवेर के 5 बजे हुए हैं तो आप जा रहे हैं जिम लाने पहले थोड़ी जी करेंगे रनिंग फिर लावांगे जिम हूँ मैं बाहर आया हुआ इतने तां करके मेरा फेस नहीं दिख रहा नेरा बड़ा वा बाकी चलो कोई ना उत्थे जाके तुहानू थोड़ा बहुत विखावांगे वी कित्थे जिम लाई दी आ फिर तुहानू सारी डेली रूटीन विखावांगे अज दी हाँ जी हुण आपां व्लॉगिंग हुण वधिया करनी इस करके मंगा लिया आपां ट्राईपोड तो हुण लगे रही अनबॉक्सिंग करन अनबॉक्सिंग वास्ते थोड़ा जिहा शॉर्टकट मैथड लाया आपां कितें होर ना कट्टे रहे निकल गया जो ट्राईपॉड बड़ा छोटा जहा मैं आखिर बड़ा होगा काफी हाँ हाँ कंपार्टमेंट वक्त वक् अच्छा ठीक है हाँ आ गया अपना ट्राईपॉड हम व्लॉगिंग होगी एट इट्स बेस्ट क्वालिटी ये ठीक आ एडा कुछ ज़्यादा खास नहीं आ पर वधिया वा हुण इहनू कर दे आपां असैंबल हो गया असैंबल हाँ आ जे अपना ट्राईपॉड ਕਿਤੇ ਵੀ ਕਰ ਸਕਦੇ ਹਾਂ ਬਾਕੀ ਕੁਆਲਿਟੀ ਵਾਈਜ਼ ਏਡਾ ਵੈਸੇ ਮਾੜਾ ਨਹੀਂ ਆ ਪ੍ਰਾਈਸ ਦੇ ਹਿਸਾਬ ਨਾਲ ਬੜਾ ਸਹੀ ਆ 400 ਦਾ ਆਇਆ ਵਾ ਲੋਕ ਸਹੀ ਏਡੀ ਕੁਆਲਿਟੀ ਦੀ ਗਲਤ ਨਹੀਂ ਮਾੜੀ ਬਹੁਤ ਵਧੀਆ ਵਾ ਬਾਕੀ ਚਲੋ ਹੁਣ ਮੈਂ ਤੁਹਾਨੂੰ ਇਹਦੇ 'ਚ ਅੱਜ ਹੁਣ ਤੋਂ ਵਲੋਗ ਇਹਦੇ ਵਿੱਚ ਆਇਆ ਕਰਨਗੇ ਬਾਕੀ ਤੁਸੀਂ ਬਣੇ ਰਹੋ ਵਲੋਗ ਸਪੋਰਟ ਕਰੋ ਹਾਂਜੀ ਹੁਣ ਰਾਤ ਦੇ 7 ਵਜਣ ਡੇ ਆ ਅਤੇ ਹੁਣ ਆਪਾਂ ਲਾ ਲਈਆਂ ਵਾਲੀਬਾਲ ਗਰਾਊਂਡ ਵਿੱਚ ਲਾਈਟਾਂ ਤਾਂ ਹੁਣ ਮੈਂ ਜਾਣ ਡਿਆ ਵਾਂ ਵਾਲੀਬਾਲ ਗਰਾਊਂਡ ਵਾਲੇ ਆਹ ਸਰਵੰਸ ਖਲੋਤਾ ਏ ਚਲ ਛੇਤੀ ਆ ਬਹਿ ਚੱਲ ਚੱਲੀਏ ਹੁਣ ਹੋਲਡ ਕਰੀ ਮੇਰਾ ਹੁਣ ਚੱਲੇ ਹਾਂ ਆਪਾਂ ਬੋਡੀ ਗਾਰਡ ਓ ਮਾਈ ਗਾਡ ਹੁਣ ਆਪਾਂ ਚੱਲੇ ਵਾਲੀਬਾਲ ਗਰਾਊਂਡ ਵੱਲ ਅਤੇ ਪਹੁੰਚਣਾ ਵਾ ਅਗਲੇ 50 ਸਕਿੰਟਾਂ ਤੱਕ ਵਾਲੀਬਾਲ ਗਰਾਊਂਡ 'ਚ ਅੱਜ ਜੇ ਤੁਸੀਂ ਲਾਈਟਾਂ ਲੱਗੀਆਂ ਸਾਰਾ ਦਿਨ ਹੋਰ ਵੀ ਕੰਮ ਨਹੀਂ ਕੀਤਾ ਉੱਥੇ ਵਾਲੀਬਾਲ ਗਰਾਊਂਡ ਵਿੱਚ ਲਾਈਟਾਂ ਲਾਉਂਦੇ ਰਹੇ ਅਤੇ ਮੈਨੂੰ ਚੇਤਾ ਭੁੱਲ ਗਿਆ ਵੀ ਵਲੋਗ ਵੀ ਬਣਾਉਣਾ ਹੈ ਬਾਕੀ ਆਪਣਾ ਟ੍ਰਾਈਪੋਡ ਆ ਗਿਆ ਹੁਣ ਕੱਲ੍ਹ ਦੇ ਉੱਤੋਂ ਟ੍ਰਾਈਪੋਡ ਦੇ ਨਾਲ ਵੀਡੀਓ ਸ਼ੂਟ ਕਰਿਆ ਕਰਾਂਗੇ ਆ ਗਈ ਆਪਣੀ ਗਰਾਊਂਡ ਹੋ ਗਈਆਂ ਇੱਥੇ ਲਾਈਟਾਂ ਤਿਆਰ ਆ ਵੇਖੋ ਜੀ ਆਪਣੇ ਯਾਰ ਵੇਲੀ ਖਲੋਤੇ ਪੰਜਾਬੀ ਸਿੰਗਰ ਨੂੰ ਕੀਤਾ ਕੀ ਹਾਲ ਚਾਲ ਮਹਾਰਾਜ ਵਧੀਆ ਕੌਣ ਹੈ ਦੇਖ ਨਹੀਂ ਡਿਆ ਤੂੰ ਇੱਧਰ ਨੂੰ ਘੁੰਮ ਮਹਾਰਾਜ ਆ ਯਾਰ ਵੇਲੀ ਹੁਣੀ ਸਾਡੇ ਹਾਂ ਮਹਾਰਾਜ ਆ ਲੱਗੀ ਕੋਚ ਹੁਣੀ ਸਰਵਿਸ ਕਰਾਉਣ ਆਏ ਕੋਚ ਹੁਣੀ ਦੇ ਬਾਹਰ ਆ ਤੂੰ ਕੋਚ ਸਾਹਿਬ ਹੈਲੋ ਜੀ ਅੱਜ ਹੈ ਤਰੀਕ 12 ਮਾਰਚ ਹੈ ਅਤੇ ਦੁਪਹਿਰ ਦੇ 1 ਵੱਜ ਗਏ ਆ
ਅੱਜ ਆਪਾਂ ਚੱਲੇ ਹਾਂ ਫਤਿਹਗੜ੍ਹ। ਮੈਂ ਤਾਂ ਸਰਪੰਚ ਫੇਰ ਹੈ, ਅੱਗੇ ਸਵੇਰੇ ਇੱਕ ਵਾਰੀ ਹੋਇਆ ਫਤਿਹਗੜ੍ਹ ਆਪਣੇ ਕੰਮੀ ਗਿਆ। ਹਾਂ ਹੁਣ ਸਰਪੰਚ ਨਾਲ ਜਾਣਾ ਵਾ, ਅਤੇ ਅੱਜ ਸਵੇਰੇ ਮੀਂਹ ਪੈਣਾ ਤਾਂ ਕਰਕੇ ਅੱਜ ਜਿੰਮ ਰਹਿ ਗਈ, ਫਿਰ ਅੱਜ ਜਿੰਮ ਨਹੀਂ ਜਾ ਸਕੇ। ਬਾਕੀ ਕੋਈ ਨਹੀਂ, ਸਵੇਰੇ ਫਿਰ ਚੱਲਾਂਗੇ। ਬਸ ਹੁਣ ਫਤਿਹਗੜ੍ਹ ਦੀ ਤਿਆਰੀ ਆ, ਲੱਗੇ ਰੋਟੀ ਖਾਣ। ਰੋਟੀ ਨਹੀਂ ਮੈਂ ਖਾਧੀ ਸਵੇਰ ਦੀ, ਹੁਣ ਰੋਟੀ ਖਾਣ ਲੱਗਾ। ਰੋਟੀ ਖਾ ਪੀ ਕੇ ਫਿਰ ਚੱਲਦੇ ਹਾਂ ਆਪਾਂ ਫਤਿਹਗੜ੍ਹ ਨੂੰ। ਆ ਆਪਣਾ ਟ੍ਰਾਈਪੋਡ, ਈਜ਼ੀ ਹੈਂਡਲਿੰਗ ਆ, ਵਧੀਆ। ਬਾਕੀ ਕੋਈ ਨਹੀਂ, ਹੁਣ ਵਧੀਆ ਵਲੋਗਸ ਅੱਗੇ ਤੋਂ ਯਾਰ ਮੈਂ ਜ਼ਿਆਦਾ ਕੰਟੀਨਿਊ ਕਰਨੇ ਵਲੋਗ, ਹੁਣ ਡੇਲੀ ਵਲੋਗ ਦੀ ਕੋਸ਼ਿਸ਼ ਤਾਂ ਕਰੂੰਗਾ। ਬਾਕੀ ਪੱਕਾ ਨਹੀਂ ਕਰ ਸਕਦਾ ਕਿਉਂਕਿ ਜ਼ਿਆਦਾ ਕੰਟੈਂਟ ਮੇਰੇ ਕੋਲ ਹੁੰਦਾ ਨਹੀਂ, ਮੈਂ ਜ਼ਿਆਦਾ ਧੁੰਦਾ ਨਹੀਂ ਕਿਤੇ। ਹੁਣ ਵੈਸੇ ਜੇ ਕਿਤੇ ਕੰਮ ਕੁੰਮ ਹੋਇਆ ਕਰੇਗਾ ਤਾਂ ਡੇਲੀ ਵਲੋਗ ਆਇਆ ਕਰਨਗੇ, ਨਹੀਂ ਤਾਂ 2 ਦਿਨ ਦਾ ਕੱਲ੍ਹ ਵਲੋਗ ਇੱਕ ਵਾਰੀ ਪਾ ਜਾਇਆ ਕਰਾਂਗੇ। ਬਾਕੀ ਚਲੋ ਫਿਰ ਮਿਲਦੇ ਤੁਹਾਨੂੰ ਫਤਿਹਗੜ੍ਹ। ਆ ਗਏ ਜੇ ਤਾਂ ਇੱਥੇ ਹੁਣ ਸਰਪੰਚ ਦੀ ਪੈਂਟ ਸੀ ਨੇ ਦੇਤੀ ਆ, ਉਹਨੇ ਪਾਉਣੀ ਸਕੂਲ ਨਵੀਂ ਪੈਂਟ। ਲਾਸਟ ਡੇ ਆਏ ਉਹਦੇ ਬੋਰਡ ਦੇ ਪੇਪਰ ਦੇਣੇ ਆ, ਅਤੇ ਪਰ ਫਿਰ ਨਵੀਂ ਪੈਂਟ ਲੈਣੀ ਲੈਣੀ। ਕੀ ਕਰਦੇ ਲੱਗਾ ਫਿਰ ਆਪਾਂ ਫਤਿਹਗੜ੍ਹੋਂ ਹੋਏ ਹਾਂ, ਉਦੋਂ ਫਤਿਹਗੜ੍ਹ ਕਾਫੀ ਟਾਈਮ ਲੱਗ ਗਿਆ ਉਹਨੂੰ। ਫਤਿਹਗੜ੍ਹ ਤੋਂ ਹੋ ਕੇ ਬਾਅਦ 'ਚ ਆਪਾਂ ਘਰੇ ਫਗਾਨੇ ਗਏ ਹਾਂ, ਅਤੇ ਉੱਥੇ ਫਤਿਹਗੜ੍ਹ ਵੀ ਆਪਾਂ ਆਪਣਾ ਕੰਮ ਕਰਕੇ ਅਤੇ ਖਾ ਪੀ ਕੇ ਮੁੜ ਆਏ ਹਾਂ ਟਾਈਮ ਸਿਰ ਹੀ। ਬਾਅਦ ਵਿੱਚ ਗਏ ਆਪਾਂ ਕਾਲੇ ਫਗਾਨੇ, ਉੱਥੇ ਵੀ 2 ਕੰਮ ਹੈਗੇ ਸੀ, ਉਹ ਵੀ ਕੀਤੇ। ਕਾਫੀ ਟਾਈਮ ਲੱਗ ਗਿਆ ਸਾਨੂੰ, ਆਪਾਂ ਘਰ 5 ਵਜੇ ਆ ਕੇ ਪਹੁੰਚ ਗਏ ਹਾਂ। ਫਿਰ ਮੈਂ ਵਲੋਗ ਨਹੀਂ ਬਣਾਇਆ ਕਿਉਂਕਿ ਮੈਂ ਮੂਮੈਂਟ ਨੂੰ ਉਦੋਂ ਖੁਦ ਇੰਜੋਏ ਜ਼ਿਆਦਾ ਕਰਨਾ ਚਾਹੁੰਦਾ ਵਾਂ, ਕਿਉਂਕਿ ਕੈਮਰੇ ਵਿੱਚ ਕੈਪਚਰ ਕਰਨ ਲੱਗ ਪਓ ਅਤੇ ਉਦੋਂ ਫਿਰ ਮੂਮੈਂਟ ਨੂੰ ਐਡਾ ਇੰਜੋਏ ਨਹੀਂ ਕਰੀਦਾ। ਹੁਣ ਵੀ ਕਾਫੀ ਹਨੇਰਾ ਹੋ ਗਿਆ, ਹੁਣ ਮੇਰਾ ਮੂੰਹ ਤਾਂ ਚੱਲ ਦਿਖਣ ਨਹੀਂ ਡਿਆ, ਪਰ ਫਿਰ ਵੀ ਮੈਂ ਆਖਿਆ ਵੀ ਚਲੋ ਕੋਈ ਨਹੀਂ ਆਪਣੀ ਰਿਕਾਰਡਿੰਗ ਕਰ ਲੈਂਦੇ, ਫਿਰ ਭੁੱਲ ਭਾਲ ਨਾ ਜਾਵਾਂ ਕੁਝ ਵਿੱਚੋਂ। ਹੁਣ ਮੈਂ ਚੱਲਾਂ ਵਾਲੀਬਾਲ ਖੇਡਣ। ਹੁਣ ਤੁਹਾਨੂੰ ਮੈਂ ਦੱਸਿਆ ਜਿੱਦਾਂ ਵੀ ਆਪਾਂ ਵਾਲੀਬਾਲ ਗਰਾਊਂਡ ਵਿੱਚ ਲਾਈਟਾਂ ਲਾ ਲਈਆਂ ਵਾ, ਹੁਣ ਉੱਥੇ ਵਾਲੀਬਾਲ ਖੇਡਣਾ ਵਾ। ਕੱਲ੍ਹ ਮੈਨੂੰ ਜਦ ਤੱਕ ਚੇਤਾ ਮੈਂ ਵੀਡੀਓ ਨਹੀਂ ਬਣਾਈ ਵਾਲੀਬਾਲ ਖੇਡਦੇ ਦੀ, ਅੱਜ ਸ਼ਾਇਦ ਬਣਾਵਾਂ, ਪੱਕਾ ਨਹੀਂ ਕਹਿ ਸਕਦਾ, ਪਰ ਸ਼ਾਇਦ ਬਣਾਵਾਂ। ਹੁਣ ਮੈਂ ਚੱਲਾਂ ਸਰਪੰਚ ਦੇ ਘਰ ਵੱਲ, ਹੁਣ ਸਰਪੰਚ ਨੂੰ ਲੈ ਕੇ ਫਿਰ ਆਪਾਂ ਵਾਲੀਬਾਲ ਗਰਾਊਂਡ 'ਚ ਜਾਣਾ ਵਾ, ਅਤੇ ਫਿਰ ਮਿਲਦੇ ਅੱਗੇ। ਚਲੋ ਠੀਕ ਆ ਫਿਰ, ਬਸ ਅੱਜ ਦੇ ਵਲੋਗ 'ਚ ਇੰਨਾ ਹੀ, ਅੱਗੇ ਮੈਂ ਵਲੋਗ ਬਣਾਉਣਾ ਭੁੱਲ ਗਿਆ ਹਾਂ। ਫਿਰ ਮਿਲਦੇ ਅਗਲੇ ਵਲੋਗ 'ਚ, ਉਹਨਾਂ ਤੱਕ ਲਈ ਟੇਕ ਕੇਅਰ।